परे कुर्बान जमाना है। मैं पाकिस्तान दे तमाम मसलकां दे मौलवियां नूं कहांगा खुदा दा वास्ता ए वी नोट कर लो गल, कोई शिया देवबंदी वापी बरेलवी एलदीस कोई ए लफ्ज ना क्या करे कि मैं नबी पाक दी खातर बहुते जलसे कीते ने, बहुता बारा दित्ता, बहुता इंज कीता है। चलिया जदों नौकरी करनी है थोड़ी की ते बहुती की, तू इन्हां लोकां को अजर लैणा है। ਐਵੇਂ ਲੱਗੇ ਰਹਿੰਦੇ ਜੇ ਜੀ ਮੈਨੂੰ ਨਬੀ ਨਾਲ ਬਹੁਤਾ ਪਿਆਰ, ਦੂਜਿਆਂ ਦਾ ਮੇਰਾ ਪਿਆਰ, ਇਹ ਤੇ ਦੱਸਣਾ ਰੱਬ ਨੇ ਆ ਕਿ ਕਿਹਨੂੰ ਬਹੁਤਾ ਪਿਆਰ ਸੀ, ਇਹ ਤੇ ਕੋਈ ਦੱਸ ਨਹੀਂ ਸਕਦਾ। ਇਸ ਵਾਸਤੇ ਮੈਂ ਤੁਹਾਡੇ ਕੋਲ ਅਪੀਲ ਕਰਾਂਗਾ, ਖਤਮੇ ਨਬੂਵਤ ਦਾ ਮਸਲਾ ਹੋਏ, ਨਮੂਸੇ ਰਸਾਲਤ ਦਾ ਮਸਲਾ ਹੋਏ, ਬਿਲਕੁਲ ਇਹ ਬਾਤ ਨਹੀਂ ਕਹਿਣੀ ਕਿ ਮੈਂ ਬਹੁਤਾ ਕੀਤਾ ਤੇ ਮੈਂ ਬਹੁਤਾ ਕੀਤਾ ਹੈ। ਇਹ ਖੁਸ਼ ਨਸੀਬ ਹੈ ਜਿੰਨੀਆਂ ਘੜੀਆਂ ਅੱਲਾ ਕਬੂਲ ਕਰ ਲਵੇ। ਐਵੇਂ ਤਮਾਮ ਮੁਲਕ 'ਚ ਮੁਕਾਬਲਾ ਬਣਿਆ, ਉਹ ਆਉਂਦਾ ਜੀ ਮੈਂ ਇੰਨੇ ਜਲਸੇ ਕਰਨੇ, ਆਉਂਦਾ ਮੈਂ ਕਰਨੇ, ਮੈਂ ਜਦੋਂ ਦਾ ਤਕਰੀਰਾਂ ਕਰਨਾ, ਅੱਜ ਜਦੋਂ ਦੇ ਤਿੰਨ ਚਾਰ ਦਿਨ ਮੁਲਕ ਦੇ ਹਾਲਾਤ ਖਰਾਬ ਹੋਏ ਨੇ, ਮੈਨੂੰ ਕਿਹੜੀ ਕੋਈ ਤੁਸੀਂ ਸੜਕ 'ਤੇ ਆਉਂਦਿਆਂ ਆਵਾਮ ਦੇ ਅੰਦਰ ਆਉਂਦਿਆਂ ਵੇਖਿਆ, ਨਾ ਮੈਂ ਸਾਹਮਣੇ ਆਇਆ ਨਾ ਕਿਸੇ ਨੂੰ, ਕਿਉਂ? ਮੈਂ ਪੈਗਾਮ ਦੇਣਾ ਲੋਕਾਂ ਨੂੰ ਅਮਲ ਦਾ ਕਿ ਲੋਕੋ ਸੜਕ 'ਤੇ ਉਹ ਲੌਂਗ ਲਾਚੀ ਆ ਜਿਹੜੇ ਲੜਕੇ ਨੇ ਨਾ, ਇਹ ਖੋਤਾ ਕਟਿੰਗ ਕਰਾ ਕੇ ਸੜਕ 'ਤੇ ਆਉਂਦੇ, ਗੁਲਾਮੀ ਰਸੂਲ ਮੈਂ ਮੌਤ ਵੀ ਕਬੂਲ ਹੈ, ਤੈਨੂੰ ਤਾਂ ਨਬੀ ਵਾਲੀ ਕਟਿੰਗ ਕਬੂਲ ਨਹੀਂ ਤੇ ਤੈਨੂੰ ਕਿੱਥੋਂ ਮਰਨਾ ਕਬੂਲ ਹੋਣਾ ਹੈ? ਅੱਲਾ ਜਾ ਸਹੀ ਕਰ। ਖੋਤਾ ਕਟਿੰਗ ਕਰਾ ਕੇ ਸੜਕ 'ਤੇ ਸ਼ੀਸ਼ੇ ਭੰਨੀ ਆਉਂਦੇ। ਮੈਂ ਇੱਕ ਮੁੰਡੇ ਨੂੰ ਵੇਖਿਆ, ਉਹਨੇ ਕੰਨਾਂ 'ਚ ਮੁਰਕੀਆਂ ਪਾਈਆਂ ਤੇ ਕਹਿੰਦਾ ਮੌਲਵੀ ਜੀ ਗੱਡੀ ਰੱਖੋ। ਮੈਂ ਪਹਿਲਾਂ ਆਪਣੀ ਬੂਥੀ ਵੇਖੀ, ਕਹਿੰਦਾ ਉਹ ਹੋ ਇਹ ਤਾਂ ਮੌਲਵੀ ਨੈੱਟ ਵਾਲਾ ਹੈ, ਕਹਿੰਦਾ ਆਹ ਪਰਾਂ 'ਚ ਪਰਾਂ। ਉਹ ਕੱਲਾ ਜਾਣਦਾ ਇਹ ਹਾਲਾਤ ਨੇ, ਸੱਚਾਈ ਛੁਪ ਨਹੀਂ ਸਕਦੀ ਬਨਾਵਟ ਕੇ ਅਸੂਲੋਂ ਸੇ, ਖੁਸ਼ਬੂ ਆ ਨਹੀਂ ਸਕਦੀ ਕਭੀ ਕਾਗਜ਼ ਕੇ ਫੁੱਲੋਂ ਸੇ। ਹਾਂ, ਖਾਲੀ ਗੱਲੀ ਬਾਤੀ ਜਨਾਬ ਜੀ, ਨਬੀ ਦੀ ਗੁਲਾਮੀ ਜੀ, ਨਾਰੇ ਮੈਂ ਅਜ਼ਮਤ ਮੁਸਤਫਾ ਕੇ ਹਮ ਪਾਸਬਾਂ ਪਾਸਬਾਂ। ਘੱਟਾ ਤੂੰ ਪਾਸਬਾਂ, ਤੂੰ ਆਪਣੇ ਵਜੂਦ 'ਤੇ ਇਸਲਾਮ ਨਾਫਜ਼ ਨਹੀਂ ਕਰ ਸਕਿਆ, ਤੂੰ ਨਬੀ ਦੀ ਉਮਤ ਜੀ ਪਾਸਬਾਂ ਬਣਦਾ ਫਿਰਨਾ। ਲੋਕਾਂ ਨੂੰ ਮੈਂ ਮੱਤੀ ਦੇਵਾਂ, ਆਪ ਮੈਂ ਰੁੜਦੀ ਜਾਵਾਂ, ਹੈਂ? ਉਹ ਨਾਲ ਨਾ ਖੜੇ, ਉਹ ਘੋੜੀ 'ਤੇ ਚੜ੍ਹੇ, ਉਹ ਸੱਦੀ ਨਾ ਪੁੱਛੀ ਲਾੜੇ ਦੀ ਫੁੱਫੀ, ਵੇਖੋ ਹੈ ਜੀ ਮੈਂ ਨਬੀ ਦਾ ਗੁਲਾਮ ਹੈ, ਸੜਕ ਬਲਾਕ ਕਰ, ਇੰਜ ਕਰਨਾ। ਉਹ ਚੱਲਿਆ ਪਹਿਲਾਂ ਆਪਣੇ 'ਤੇ ਤਾਂ ਨਾਫਜ਼ ਕਰ। ਆ ਮੈਂ ਵੇਖੇ ਨੇ ਕਸਮੇ ਮੁੰਡੇ ਜਨਾਬ ਖਲੋਤੇ ਸੀ ਸੜਕਾਂ ਦੇ ਉੱਤੇ, ਤੇ ਇਹਨਾਂ ਦੇ ਅੱਲਾ ਜਾਣਦਾ ਤੁਸੀਂ ਉੱਥੇ ਕਰਤੱਵ ਵੇਖਦੇ। ਮੈਂ ਇੱਕ ਬੀਬੀ ਬਿਮਾਰ, ਉਹਨੇ ਕਿਹਾ ਮੇਰਾ ਬੱਚਾ ਮਰ ਜਾਣਾ, ਮੌਲੀ ਜੀ ਨੂੰ ਕਹੋ ਮੈਨੂੰ ਲੰਘਾਓ। ਕਹਿਣ ਲੱਗਾ ਮੈਂ ਨਹੀਂ ਲੰਘਣ ਦੇਣਾ। ਮੈਂ ਗੱਡੀ 'ਚ ਫੜਿਆ ਪਿਸਟਲ, ਮੈਂ ਕਿਹਾ ਲੰਘਣ ਦੇਣਾ ਕਿ ਨਹੀਂ? ਕਹਿੰਦਾ ਇਹ ਕੀ ਹੈ? ਮੈਂ ਕਿਹਾ ਇਹ ਕੀ ਹੈ? ਉਹ ਬੀਬੀ ਨੂੰ ਮੈਂ ਲੰਘਵਾਇਆ, ਮੈਨੂੰ ਕਹਿੰਦੀ ਮੌਲੀ ਤੇਰੇ ਬੱਚੇ ਜਿਉਣ। ਮੈਂ ਕਿਹਾ ਭੈਣਾ ਤੇਰੇ ਵਾਸਤੇ ਨਹੀਂ ਇਹ ਨੇਕੀ ਕੀਤੀ, ਮੇਰੇ ਨਬੀ ਨੇ ਤੇ ਉਹਨਾਂ ਨਾਲ ਵੀ ਪਿਆਰ ਕੀਤਾ ਜਿਹਨਾਂ ਰਸਤੇ 'ਚ ਕੰਡੇ ਵਿਛਾਏ। ਉਹ ਮੇਰੇ ਵੀਰੋ, ਇਸ ਮੁਲਕ ਦੇ ਅੰਦਰ ਇਹਨਾਂ ਨੌਜਵਾਨਾਂ ਨੂੰ ਇਹ ਪੈਗਾਮ ਦਵੋ, ਕੋਈ ਬਿਮਾਰ ਹੋਣ ਲੰਘਣ ਦਿਓ, ਤੁਰਨ ਦਿਓ। ਪੁੱਤਰ ਮੋਬਾਇਲ ਛੋੜ ਇੱਧਰ ਤੇ ਆਣ, ਮੇਰੇ ਵੱਲ ਉਹਨੂੰ ਕਹਿ ਦੇ ਯਾਰ ਖੁਦਾ ਦਾ ਨਾਂ ਜਾਨੂ ਆਈ ਮਹਿਫਿਲ, ਖੁਦਾ ਦਾ ਭਾਈ ਯਾਰ ਵੇਖਦਾ ਤੈਨੂੰ ਪਤਾ ਸੀ ਕਿਹੜਾ ਮੌਲਵੀ ਤਕਰੀਰ ਕਰ ਰਿਹਾ। ਅੱਲਾ ਜਾਣਦਾ ਵੇ ਲੋ ਇਹ ਮੁੰਡੇ ਫਿਰ ਕਾਬੂ ਆ ਜਾਂਦੇ ਨੇ ਮੇਰੇ ਤਵੱਜੋ ਮੇਰੇ ਵੱਲ, ਇਮਾਨ ਤਾਜ਼ਾ ਵੇ ਅੱਲਾ ਰਾਜ਼ੀ ਹੋਵੇ। ਮੁਸਲਮਾਨ ਭਾਈਓ, ਇਮਾਮ ਅੰਬੀਆ ਨੂੰ ਮਾਨਣੇ ਵਾਲੋ, ਇਹਨਾਂ ਮੁੰਡਿਆਂ ਨੂੰ ਵੇਖੋ ਨਾ ਜ਼ਰਾ ਧਿਆਨ ਨਾ, ਮੇਰੇ ਪੁੱਤਰੋ ਮੇਰੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰੋ। ਮੈਂ ਚਾਹੁੰਦਾ ਵੇ ਕਿ ਤੁਹਾਡੀ ਸਲਾਹ ਹੋ ਜਾਵੇ, ਕਮਰੀ ਵਾਲੇ ਦੇ ਨੌਕਰੀ ਦੇ ਅੰਦਰ ਜ਼ਰਾ ਨਾਂ ਲਿਖਿਆ ਜਾਵੇ। ਅਰਜ਼ ਕਰਨਾ ਚਾਹ ਰਿਹਾ ਮੁਸਲਮਾਨ ਨੂੰ, ਜਦੋਂ ਮੈਂ ਕਹਾਂ ਕੁਰਬਾਨ ਜ਼ਮਾਨਾ ਤੇ ਪੂਰੀ ਇਹ ਮਹਿਫਲ ਦਾ ਹਾਲ ਗੂੰਜ ਜਾਵੇ, ਕੋ ਨਾ ਜੀ ਜਿੰਨੇ ਘੋਪੇ ਥਲੇ ਲੋਕ ਨੇ ਤੇ ਬਾਹਰ ਸੜਕ ਦਾ ਗਵਾਚ ਜਾਵੇ, ਤੇ ਆਂਢ ਗੁਆਂਢ ਨੂੰ ਪਤਾ ਲੱਗੇ ਉੱਥੇ ਖੈਬਰ ਦਾ ਕਿਲਾ ਗੂੰਜਿਆ, ਇੱਥੇ ਕਨਾਤਾਂ ਗੂੰਜਣ, ਇੱਥੇ ਐਤੰਬੂ ਗੂੰਜ ਪਵੇ, ਔਰ ਗੂੰਜ ਆਵਾਜ਼ ਫੈਲ ਕੇ ਬਾਹਰ ਜਾਵੇ ਕਿ ਮੈਂ ਹੀ ਨਹੀਂ ਪਰ ਕੁਰਬਾਨ। ਅਜੇ ਕਸਮੇ ਹਜ਼ੂਰ ਦੀ ਮੁਹੱਬਤ ਵਾਲੀ ਆਵਾਜ਼ ਨਹੀਂ। ਚਲੋ ਮੈਂ ਇੱਕ ਰਹਿਤ ਦਿੰਦਾ, ਮੈਡੀਕਲ ਮਜਬੂਰੀ 'ਚ ਮੰਤਰੂ ਗੂੰਗਾ ਬੰਦਾ ਨਹੀਂ ਬੋਲ ਸਕਦਾ, ਉਹ ਨਾ ਬੋਲ। ਚਲੋ ਇੱਕ ਹੋਰ ਰਹਿਤ ਦਿੰਦਾ, ਐਵਰੀ ਡੇ ਡੱਬੇ ਵਾਲੇ ਮੰਮੀ ਡੈਡੀ ਉਹ ਵੀ ਨਾ ਬੋਲਣ, ਅਤੇ ਜ਼ਰਾ ਹਜ਼ੂਰ ਦੀ ਮੁਹੱਬਤ ਦਾ ਜਨੂਨ ਬੋਲੇ। ਹੁਣ ਥੱਲੇ ਬਹਿ ਕੇ ਬੋਲਣਾ ਕਿ ਨਹੀਂ? ਕਾਰੀ ਸਾਹਿਬ ਦੀ ਉਮਰ 'ਚ ਬਰਕਤ ਫਰਮਾਏ। ਲੈ ਵੀ ਆਵਾਜ਼ ਮੇਰੇ ਤੱਕ ਆਏਗੀ ਤੇ ਮੈਂ ਬੋਲਣਾ, ਪੁੱਤਰ ਟਿਕ ਜੋ ਚਮੋਣਿਓ, ਤੁਸੀਂ ਕਿਉਂ ਨਹੀਂ ਟਿਕਦੇ?
اللہ جان دار توجہ میرے والے خدا دا واسطہ سٹیج سارے دے پا دتے نے لگ کے تاکہ مولوی ڈسٹرب ہی رہے اللہ جان دار توجہ میرے والے ایمان تازہ ہوے اللہ راضی ہوے میرے مسلمان بھائیوں امام الانبیاء دا کلمہ پڑھوا لیو پورا حال گونجے گا تے میں بولنا وے ایک میں ہی نہیں ان پر قربان ہے وہ زہرا کا بابا ہے حسنین کا نانا ہے میرا ہادی میرا مرشد حسنین دا نانا ہے عرض کرنا چاہ رہا مسلمانوں حملی والے دے نوکر بن جاؤ محبوب دے پروانے بن جاؤ عرض کرنا چاہ رہا جان سارا نے مصطفیٰ دی کیا شان جنہ نبی نو اپنی جان تو ود عزیز منے آؤ ان نبی اولا بالمؤمنین من انفسہم اپنی جان تو ود نبی نو عزیز منو پھر تسی مومن جی عرض کرنا ترجمہ اج کر لئیے علامہ اقبال کلندرے لاہوری سیالکوٹ دا پیدا ہون والا بچڑا کیا سونی گل کر گیا وے کہندے نے کیا پیش کروں تجھ کو کیا چیز ہماری ہے یہ دل بھی تمہارا جڑے اے جڑے فیس بک ماڈل نا اے نہ پڑھن کیونکہ کئیاں نو دل بنا کے وچ تیر ٹھوک کے کل دے کئیاں نو دل بنا کئیاں باوت لکھیا اللہ جاندا ہن تے باوت لکھ دے نے بلیٹاں نے جے نام لکھ کے پوچھ دے اس کا سپیلنگ کیا ہے او سپیلنگ پوچھ کے نا کسے کول پھر بلیٹاں تے نام مار کے انج اگے تے ہوندا سی نا خون نا خط لکھ کے کل دے ہن بلیٹ نا نام لکھ کے تے پھر لائیو ہوندے نے فیس بک تے کہ میری کرتوت ویکھ لو میں وی ایٹم دیندا ہے اللہ جاندا اپنے ماپیاں دی دس دے نے کہ میں فلانے دی لڑی چوں ہاں تے میں نبی کریم دا امتی ہے تے میرا ہے کردار ہے بازواں تے نام لکھ کے نا تے پھر لوکاں نوں وکھاوندے نے اللہ جاندا ہے جوانی چ جے تر گیا زندگی دا تے پتہ کوئی نہیں جے جوانی چ تر گیا تے فرشتیاں قبر چاکنا من ربو کا تیرا رب کون ہے تے جے انہاں کلائی ویکھ لی لکھی تے انہاں آکھنا اے دا حساب کی کرنا انٹرنیشنل بغیرتا ہے صحیح گل انہاں آکھنا اے دا کی حساب کرنا اے تے بغیرتی دی مہر لوا کے آئے پر چلیا اے نیوٹ کر لا جے تو بازواں تے نام لکھے تے ٹولیاں تے بچھو بنائے صحابہ جتھوں لنگدے سی نا انہاں تے اللہ جاندا مصطفیٰ دی شریعت دا کردار لکھیا سی لوکی ویکھ کے کلمہ پڑھ کے مسلمان ہو جاندے سی جتھوں لنگدے سی صحابہ لوکی کلمہ پڑھ کے مسلمان ہو جاندے سی نبی دی تھی فاطمہ تزارا انہاں دا پردا ویکھ کے تے اللہ جاندا مصطفیٰ دیاں تی دا پردا ویکھ کے اج وی میریاں تقریراں سن کے کئی میریاں بیٹیاں پردا دار بن جاندیاں کہ انہاں دے کفن تے غیر دی نظر نہیں پئی تے میں آ ساڈے منڈیاں دی کرامت ویکھ لو اے جڑی نویں آنا جی یوتھ ہے نیو نسل ہیں الاونگ اے انہاں دی جناب جی ویکھ لو اے جتھوں لنگ دے نا انہاں دی موٹر سائیکل مگر لکھیا ہوندا ہے جانو تیرے مگر رولتے گئے پر چس بڑی ہے ہاں بے حد ہے تینو او چلیا اے نام اگر تیرے کار لکھیا تیری ماں پڑھ لے انہیں کہنا میں کیوں انہوں جمعیا سی تیریاں پہنا کی آن دی انگی میرا پراک کی دے مگر رولتا پھر دا اللہ نہ کرے موٹر سائیکل کار چ کھڑی ہوئے تے منڈے دا رشتہ ویکھنا ان تائی ساس ماسی ساس چاسی ساس بولو تے او جے موٹر سائیکل تے انہاں نظر مار لی انہاں اٹھ کے چلو اے کئیاں مگر رلیا